ਜ਼ਿਲ੍ਹਾ ਅੰਮ੍ਰਿਤਸਰ ਦੇ ਨਾਰਾਇਣਗੜ੍ਹ ਦੇ ਰਹਿਣ ਵਾਲੇ PSF ਦੇ ਇੰਸਪੈਕਟਰ ਦੁਸ਼ਮਣਾਂ ਨਾਲ ਡੋਹਾ ਲੈਂਦੇ ਹੋਏ ਸ਼ਹੀਦ ਹੋ ਗਏ। ਪੱਛਮ ਬੰਗਾਲ ਵਿੱਚ ਦੁਸ਼ਮਣਾਂ ਨਾਲ ਲੜਦੇ ਹੋਏ ਸਰਦਾਰ ਮਹਿੰਦਰ ਸਿੰਘ ਨੂੰ ਗੋਲੀ ਲੱਗੀ ਅਤੇ ਉਹ ਆਪਣੇ ਦੇਸ਼ ਲਈ ਸ਼ਹੀਦ ਹੋ ਗਏ। ਅੱਜ ਉਹਨਾਂ ਦਾ ਪਾਰਥਿਵ ਸਰੀਰ ਉਹਨਾਂ ਦੇ ਪਿੰਡ ਵਿੱਚ ਪਹੁੰਚਾਇਆ ਗਿਆ। ਇਸ ਮੌਕੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਗਰਵ ਹੈ ਕਿ ਮਹਿੰਦਰ ਸਿੰਘ ਦੇਸ਼ ਲਈ ਸ਼ਹੀਦ ਹੋਏ ਨੇ। ਉਹਨਾਂ ਨੇ ਦੇਸ਼ ਅਤੇ ਅੰਮ੍ਰਿਤਸਰ ਦਾ ਨਾਮ ਰੌਸ਼ਨ ਕਰ ਦਿੱਤਾ। ਮਹਿੰਦਰ ਸਿੰਘ ਦੀ ਪਤਨੀ ਸੁਖਰਾਜ ਕੌਰ ਦਾ ਕਹਿਣਾ ਕਿ ਹਰ ਮਾਂ ਆਪਣੇ ਬੱਚੇ ਨੂੰ ਫੌਜ ਵਿੱਚ ਭਰਤੀ ਕਰਵਾਵੇ। ਸੁਖਰਾਜ ਕੌਰ ਭੱਟੀ, ਵਾਈਫ ਆਫ ਸਰਦਾਰ ਮਹਿੰਦਰ ਸਿੰਘ ਭੱਟੀ, ਮੇਰੇ ਪਤੀ ਦੇਸ਼ ਦੇ ਲਈ ਸ਼ਹੀਦ ਹੋ ਗਏ। ਮੈਂ ਚਾਹੁੰਦੀ ਹਾਂ ਕਿ ਹਰ ਮਾਂ ਆਪਣੇ ਬੱਚੇ ਨੂੰ ਹਰ ਮਾਂ ਆਪਣੇ ਬੱਚੇ ਨੂੰ ਦੇਸ਼ ਦੇ ਲਈ ਦੇਸ਼ ਭਗਤ ਬਣਾਵੇ। ਮੌਕੇ ਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਿੰਦਰ ਸਿੰਘ ਪੱਛਮ ਬੰਗਾਲ ਦੇ ਬਾਰਡਰ ਤੇ ਸ਼ਹੀਦ ਹੋਏ ਅਤੇ ਉਹ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸਲਾਮ ਕਰਦੇ ਨੇ। ਵੇਖੋ ਜੋ ਸਾਡਾ ਵੀਰ ਇੱਕ ਅੱਜ ਮਹਿੰਦਰ ਸਿੰਘ ਭੱਟੀ ਜੋ ਅੱਜ ਸ਼ਹੀਦ ਹੋਇਆ ਬਾਰਡਰ ਤੇ, ਅਤੇ ਸਾਨੂੰ ਉਹਦੇ 'ਤੇ ਬੜਾ ਮਾਣ ਹੈ। ਇਹੋ ਜਿਹੀ ਸ਼ਹੀਦੀ 'ਤੇ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਕਿ ਸਾਡਾ ਇੱਕ ਜੋ ਪੇਟੀਬੰਦ ਭਰਾ ਸੀਗਾ ਉਹ ਅੱਜ ਬਾਰਡਰ 'ਤੇ ਸ਼ਹੀਦ ਹੋਇਆ। ਉਹਦੇ ਸਾਰੇ ਪਰਿਵਾਰ ਨੂੰ ਅਸੀਂ ਸਲਾਮ ਕਰਦੇ ਹਾਂ ਔਰ ਉਸ ਨੂੰ ਸਲਾਮ ਕਰਦੇ ਹਾਂ ਦੁਬਾਰਾ ਕਿ ਜੋ ਬਾਰਡਰ 'ਤੇ ਸ਼ਹੀਦ ਹੋਇਆ ਸਾਡੇ ਦੇਸ਼ ਦੀ ਆਜ਼ਾਦੀ ਵਾਸਤੇ ਸ਼ਹੀਦ ਹੋਇਆ। ਜੈ ਹਿੰਦ। ਇਸ ਮੌਕੇ ਅੰਮ੍ਰਿਤਸਰ 'ਤੇ ਡਿਪਟੀ ਮੇਅਰ ਰਮਨ ਬਖਸ਼ੀ ਦਾ ਕਹਿਣਾ ਕਿ ਦੇਸ਼ ਦੀ ਖਾਤਰ ਮਹਿੰਦਰ ਸਿੰਘ ਸ਼ਹੀਦ ਹੋਏ ਨੇ। ਉਹ ਉਹਨਾਂ ਦੀ ਵੀਰਤਾ 'ਤੇ ਫਖਰ ਮਹਿਸੂਸ ਕਰਦੇ ਨੇ। ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਗੇ ਕਿ ਸ਼ਹੀਦ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਜਲਦ ਹੀ ਬਣਦਾ ਸਨਮਾਨ ਵੀ ਦਿੱਤਾ ਜਾਵੇ। ਮੈਂ ਰਮਨ ਬਖਸ਼ੀ, ਸੀਨੀਅਰ ਡਿਪਟੀ ਮੇਅਰ ਅੰਮ੍ਰਿਤਸਰ। ਅੱਜ ਸਾਡੇ ਇਲਾਕੇ ਦੇ ਵਾਰਡ ਨੰਬਰ 84 ਦੇ BSF ਦੇ ਇੰਸਪੈਕਟਰ ਸਰਦਾਰ ਮਹਿੰਦਰ ਸਿੰਘ ਭੱਟੀ ਉੱਥੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਆ। ਇਸ ਗੱਲ ਦੇ ਲਈ ਸਾਡੇ ਸਾਰੇ ਇਲਾਕੇ ਨੂੰ ਇਸ ਗੱਲ ਦਾ ਬਹੁਤ ਮਾਣ ਆ ਕਿਉਂਕਿ ਅੰਮ੍ਰਿਤਸਰ ਸ਼ਹੀਦਾਂ ਦੀ ਧਰਤੀ ਆ। ਉਹਦੇ ਨਾਲ ਨਾਲ ਵੱਡੀ ਗੱਲ ਹੈ ਵੀ ਭੱਟੀ ਸਾਹਿਬ ਦਾ ਸਾਰਾ ਪਰਿਵਾਰ ਦੇਸ਼ ਦੇ ਕੰਮਾਂ ਲਈ, ਸਮਾਜ ਦੇ ਕੰਮਾਂ ਲਈ ਅਤੇ ਧਾਰਮਿਕ ਕੰਮਾਂ ਲਈ ਹਮੇਸ਼ਾ ਹੀ ਅੱਗੇ ਰਿਹਾ। ਜਦੋਂ ਜਦੋਂ ਇਲਾਕੇ 'ਚ ਉਹ ਛੁੱਟੀ ਵੀ ਆਉਂਦੇ ਰਹੇ ਆ ਉਦੋਂ ਵੀ ਉਹਨਾਂ ਨੇ, ਭਾਵੇਂ ਗੁਰਦੁਆਰੇ ਦੀ ਸੇਵਾ ਦਾ ਕੰਮ ਹੋਵੇ ਜਾਂ ਇਲਾਕੇ ਦੇ ਵਿੱਚ ਕੋਈ ਸਮਾਜਿਕ ਕੰਮ ਹੋਣ, ਉਹਦੇ 'ਚ ਬੜਾ ਜ਼ਿਆਦਾ ਯੋਗਦਾਨ ਦਿੰਦੇ ਰਹੇ ਆ। ਅਤੇ ਮੈਂ ਸਮਝਦਾ ਹਾਂ ਵੀ ਉਹਨਾਂ ਦੇ ਜਾਣ ਦਾ ਜਿੱਥੇ ਇਲਾਕੇ ਨੂੰ ਦੁੱਖ ਆ, ਇਲਾਕੇ ਨੂੰ ਘਾਟਾ ਪੈਣਾ, ਉੱਥੇ ਇਲਾਕਾ ਵਾਸੀਆਂ ਦਾ ਸਿਰ ਵੀ ਬੜਾ ਉੱਚਾ ਆ ਵੀ ਸਾਡਾ ਜਿਹੜਾ ਸਾਥੀ ਆ ਦੇਸ਼ ਨਾਲ ਦੇ ਦੁਸ਼ਮਣਾਂ ਦੇ ਖਿਲਾਫ ਲੜਦਾ ਆ, ਛਾਤੀ 'ਤੇ ਗੋਲੀ ਖਾ ਕੇ ਸ਼ਹੀਦ ਹੋਇਆ। ਇਸ ਗੱਲ ਲਈ ਸਾਡੇ ਇਲਾਕੇ ਨੂੰ ਬਹੁਤ ਬਹੁਤ ਗਰਵ ਹੈ। ਜਿੱਥੋਂ ਤੱਕ ਅਸੀਂ ਅਪੀਲ ਕਰਦੇ ਹਾਂ ਵੀ ਜੋ ਸ਼ਹੀਦ ਦੇ ਫੰਡ ਆ, ਜੋ ਸ਼ਹੀਦ ਦੀਆਂ ਸਹੂਲਤਾਂ ਆ, ਉਹ ਵੀ ਪਰਿਵਾਰ ਨੂੰ ਜਲਦੀ ਤੋਂ ਜਲਦੀ ਦਿੱਤੀਆਂ ਜਾਣ। ਕੈਪਟਨ ਅਮਰਿੰਦਰ ਸਿੰਘ ਜਿਹੜੇ ਖੁਦ ਫੌਜੀ ਆ, ਅਤੇ ਅੱਗੇ ਵੀ ਜਿੱਥੇ ਜਿੱਥੇ ਜਵਾਨ, ਭਾਵੇਂ ਸ਼੍ਰੀਨਗਰ ਦੀ ਗੱਲ ਆ ਜਾਂ ਹੋਰ ਹਿੰਦੁਸਤਾਨ 'ਚ ਕਿਤੇ ਵੀ ਫੌਜੀ ਜਵਾਨ ਲੜਦੇ ਸ਼ਹੀਦ ਹੁੰਦੇ ਆ, ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਉਹਨਾਂ ਨੂੰ ਸਾਰੀਆਂ ਸਹੂਲਤਾਂ, ਪਰਿਵਾਰ ਨੂੰ ਨੌਕਰੀ, ਉਹਦੇ ਨਾਲ ਉਹਨਾਂ ਨੂੰ ਐਕਸਗ੍ਰੇਸ਼ੀਆ ਜਿਹੜੀ ਆ ਉਹਦੇ ਵਾਸਤੇ ਅੱਜ ਡਾਕਟਰ ਰਾਜ ਕੁਮਾਰ ਵੇਰਕਾ ਤਰਨ ਤਾਰਨ ਨੇ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਉੱਥੇ ਆਉਣਾ ਸੀਗਾ, ਉੱਥੇ ਗੱਲ ਵੀ ਕਰਨਗੇ ਅਤੇ ਆਉਂਦੇ ਇੱਕ ਮਹੀਨੇ ਦੇ ਵਿੱਚ ਵਿੱਚ ਸਰਕਾਰ ਵੱਲੋਂ ਵੀ ਜਿਹੜਾ ਇਹਨਾਂ ਦੀਆਂ ਜੋ ਬਣਦੀਆਂ ਸਹੂਲਤਾਂ ਉਹ ਵੀ ਦਿੱਤੀਆਂ ਜਾਣਗੀਆਂ। ਜ਼ਿਲ੍ਹਾ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਟਰੂ ਸਕੂਪ।